ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਓਫਿਸ਼ੀਅਲ ਯੂਟਿਊਬ ਚੈਨਲ 'ਤੇ। ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਜੀ, ਜੋ ਕਿ ਪੰਜਾਬ ਦੇ ਲਈ ਨਿਕਲ ਕੈਂਡੀਡੇਟ ਲਈ ਨਿਕਲ ਕੇ ਆ ਚੁੱਕੇ ਹੈ ਜੀ, ਜਿਸਦੇ ਵਿੱਚ 2211 ਵੈਕੈਂਸੀਜ਼ ਦੇ ਲਈ ਨੋਟੀਫਿਕੇਸ਼ਨ ਜਿਹੜਾ ਹੈ ਉਹ ਜਿਹੜਾ ਹੈ ਆਊਟ ਕੀਤਾ ਗਿਆ, ਜਿਹਦੇ ਲਈ ਤੁਸੀਂ ਅਪਲਾਈ ਜਿਹੜਾ ਉਹ ਕਰਨਾ ਹੋਵੇਗਾ। ਕਿੱਦਾਂ ਅਪਲਾਈ ਕਰਨਾ, ਕੌਣ ਕੌਣ ਅਪਲਾਈ ਕਰ ਸਕਦਾ, ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ 'ਚ ਦੇਵਾਂਗਾ ਹੀ। ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਪੂਰਾ ਜ਼ਰੂਰ ਦੇਖਿਓ। ਫਸਟ ਟਾਈਮ ਤੁਸੀਂ ਸਾਡੇ ਚੈਨਲ 'ਤੇ ਆ ਰਹੇ ਹੋ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਲਿਓ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇਗਾ ਅਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓਗੇ। ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਚੈੱਕ ਕਰਕੇ ਅਪਲਾਈ ਜਿਹੜਾ ਉਹ ਕਰ ਸਕਦੇ ਹੋ। ਕਿੱਦਾਂ ਅਪਲਾਈ ਕਰਨਾ ਹੋਵੇਗਾ, ਕੌਣ ਕੌਣ ਅਪਲਾਈ ਕਰ ਸਕਦਾ, ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਅੱਗੇ ਦੇਵਾਂਗਾ ਹੀ। ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਪੂਰਾ ਜ਼ਰੂਰ ਦੇਖਿਓ। ਇਹ ਸਾਰੀਆਂ ਵੈਕੈਂਸੀਜ਼ ਜਿਹਦੀ ਆਪਾਂ ਗੱਲ ਕਰ ਰਹੇ ਹਾਂ, 2200 ਕੁਝ ਵੈਕੈਂਸੀ ਜਿਸਦੇ ਵਿੱਚ ਅਲੱਗ ਅਲੱਗ ਨੋਟੀਫਿਕੇਸ਼ਨ ਹੋਣਗੇ, ਕਿੱਦਾਂ ਅਪਲਾਈ ਹੋਣਾ ਉਹ ਵੀ ਮੈਂ ਤੁਹਾਨੂੰ ਦੱਸਾਂਗਾ। ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਅਤੇ ਨਾਲ ਦੀ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੁਹਾਨੂੰ ਜਿਹੜਾ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਹੀ ਸਕਦੇ ਹੋ। ਮੈਂ ਤੁਹਾਡੇ ਲਈ ਹਰ ਵਾਰ ਦੀ ਤਰ੍ਹਾਂ ਲੇਟੈਸਟ ਰਿਕਰੂਟਮੈਂਟ ਅਪਡੇਟ ਜਿਹੜੇ ਨੇ ਉਹ ਲੈ ਕੇ ਆਉਂਦਾ ਹੀ ਰਹਾਂਗਾ। ਤਾਂ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਅਤੇ ਉੱਥੇ ਚੱਲ ਕੇ ਬਾਕੀ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਇਸ ਰਿਕਰੂਟਮੈਂਟ ਦੇ ਬਾਰੇ ਵਿੱਚ ਜੀ। ਸਭ ਤੋਂ ਪਹਿਲਾਂ ਤਾਂ ਇਹ ਨੋਟੀਫਿਕੇਸ਼ਨ ਜਿਹੜਾ ਹੈ ਗਵਰਨਮੈਂਟ PSEU ਦੇ ਵੱਲੋਂ ਹੈ, ਜਿਸਦੇ ਵਿੱਚ ਔਨਲਾਈਨ ਤੁਸੀਂ ਜਿਹੜਾ ਹੈ ਅਪਲਾਈ ਕਰਨਾ ਹੋਵੇਗਾ। ਔਨਲਾਈਨ ਅਪਲਾਈ ਕਰਨਾ ਜਿਹੜਾ ਹੈ ਆਲਰੇਡੀ ਸਟਾਰਟ ਹੋ ਚੁੱਕਿਆ ਇਸ ਦੇ ਵਿੱਚ, ਠੀਕ ਹੈ ਜੀ। ਅਕਰੋਸ ਇੰਡੀਆ ਤੁਸੀਂ ਕਿਤੋਂ ਵੀ ਹੋ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਜੀ। ਉਸ ਤੋਂ ਬਾਅਦ ਗੱਲ ਕਰਾਂ ਵਿਦਇਨ 30 ਡੇਜ਼ ਤੁਹਾਨੂੰ ਇਹਦੇ ਲਈ ਅਪਲਾਈ ਜਿਹੜਾ ਉਹ ਕਰਨਾ ਹੋਵੇਗਾ। ਇਸ ਦੇ ਵਿੱਚ ਐਪਲੀਕੇਸ਼ਨ ਫੀ ਦੀ ਗੱਲ ਕਰਾਂ ਤਾਂ ਇਸ ਦੇ ਵਿੱਚ ਜਨਰਲ OBC ਨੇ 500 ਅਤੇ ਬਾਕੀ ਲਈ ਨਿਲ ਰਹਿਣ ਵਾਲੀ ਹੈ ਜੀ ਇਸ ਦੇ ਵਿੱਚ। ਔਰ ਇਸ ਦੇ ਵਿੱਚ ਜਿਹੜਾ ਅਗਰ ਗੱਲ ਕਰੀਏ ਵੈਕੈਂਸੀਜ਼ ਦੀ, ਸਭ ਤੋਂ ਪਹਿਲੀ ਵੈਕੈਂਸੀ ਹੈ ਅਕਾਊਂਟ ਐਗਜੀਕਿਊਟਿਵ ਦੀ ਵੈਕੈਂਸੀ ਜਿਹੜੀ ਹੈ ਇੱਥੇ ਆਊਟ ਕੀਤੀ ਗਈ ਹੈ ਜੀ। ਸੈਕਟਰੀਏਟ ਅਸਿਸਟੈਂਟ ਦੀ ਹੈ, ਫਾਇਰ ਸੇਫਟੀ ਅਸਿਸਟੈਂਟ ਦੀ ਹੈ, ਠੀਕ ਹੈ ਜੀ, ਲੈਬੋਰਟਰੀ ਅਸਿਸਟੈਂਟ ਦੀ ਹੈ। ਉਸ ਤੋਂ ਬਾਅਦ ਸਿਵਲ ਐਗਜੀਕਿਊਟਿਵ ਗ੍ਰੈਜੂਏਟ ਦੀ ਡਿਪਲੋਮਾ ਅਤੇ ਗ੍ਰੈਜੂਏਟ ਦੇ ਨਾਲ ਨਾਲ ਇੱਥੇ ਐਗਜੀਕਿਊਟ ਪੈਟਰੋਲੀਅਮ ਐਗਜੀਕਿਊਟਿਵ ਦੀ ਵੈਕੈਂਸੀਜ਼ ਨੇ, ਮਕੈਨੀਕਲ ਡੀਜ਼ਲ ਦੀਆਂ ਨੇ, ਇਲੈਕਟ੍ਰੀਸ਼ੀਅਨ ਦੀਆਂ ਵੈਕੈਂਸੀਜ਼ ਨੇ, ਫਿਟਰ ਦੀਆਂ ਵੈਕੈਂਸੀਜ਼ ਨੇ, ਠੀਕ ਹੈ ਜੀ। ਇਸ ਦੇ ਨਾਲ ਨਾਲ ਮਕੈਨਿਕ ਰੈਫਰੀਜਨੇਸ਼ਨ ਐਂਡ ਏਅਰ ਕੰਡੀਸ਼ਨਰ ਦੀਆਂ ਵੈਕੈਂਸੀਜ਼ ਵੀ ਇੱਥੇ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ। ਸਟੋਰ ਕੀਪਰ ਦੀਆਂ ਵੈਕੈਂਸੀਜ਼ ਇੱਥੇ ਹੈਗੀਆਂ ਨੇ ਜਿਹਦੇ ਲਈ ਤੁਸੀਂ ਅਪਲਾਈ ਜਿਹੜਾ ਉਹ ਕਰਨਾ ਹੋਵੇਗਾ ਜੀ। ਉਸ ਤੋਂ ਬਾਅਦ ਮਸ਼ੀਨਿਸਟ ਦੀਆਂ ਵੈਕੈਂਸੀਜ਼ ਨੇ, ਮਕੈਨਿਕ ਰਿਪੇਅਰ ਦੀਆਂ ਵੈਕੈਂਸੀਜ਼ ਨੇ, ਠੀਕ ਹੈ ਜੀ, ਸਰਵੇਅਰ ਦੀਆਂ, ਸਟੋਰ ਕੀਪਰ ਦੀਆਂ ਵੈਕੈਂਸੀਜ਼ ਨੇ ਜਿਹਦੇ ਲਈ ਤੁਸੀਂ ਅਪਲਾਈ ਜਿਹੜਾ ਉਹ ਕਰਨਾ ਹੋਵੇਗਾ। ਇਹਦੇ ਲਈ ਸਾਰੇ ਲਿੰਕ ਜਿਹੜੇ ਨੇ ਉਹ ਡਿਸਕ੍ਰਿਪਸ਼ਨ 'ਚ ਮੈਂ ਤੁਹਾਨੂੰ ਦਿੱਤੇ ਨੇ। ਇਸ ਦੇ ਵਿੱਚ ਇਹ ਵੈਕੈਂਸੀਜ਼ ਦੇ ਲਈ ਮੈਰਿਟ ਬੇਸਿਸ 'ਤੇ ਤੁਹਾਡੀ ਸਿਲੈਕਸ਼ਨ ਜਿਹੜੀ ਹੈ ਉਹ ਹੋਣੀ ਹੈ ਜੀ, ਠੀਕ ਹੈ ਜੀ। ਨੈਕਸਟ ਅਗਰ ਅਸੀਂ ਗੱਲ ਕਰੀਏ ਇਹਦੇ ਵਿੱਚ 18 ਤੋਂ ਲੈ ਕੇ 24 ਸਾਲ ਤੱਕ ਦੇ ਕੈਂਡੀਡੇਟ ਨੇ ਉਹ ਇਲੀਜੀਬਲ ਨੇ ਅਤੇ ਅਪਲਾਈ ਇਹਦੇ ਲਈ ਕਰ ਸਕਦੇ ਨੇ, ਠੀਕ ਹੈ ਜੀ। ਉਸ ਤੋਂ ਬਾਅਦ ਗੱਲ ਕਰੀਏ ਇਸ ਦੇ ਵਿੱਚ ਸੈਲਰੀ ਸਕੇਲ ਤੁਹਾਡੀ ਐਸ ਪਰ ਰੂਲ ਜਿਹੜੀ ਹੈ ਉਹ ਰਹਿਣ ਵਾਲੀ ਹੈ ਜੀ। ਔਰ ਇਸ ਦੇ ਵਿੱਚ ਵੈਕੈਂਸੀਜ਼ ਜਿਹੜੀਆਂ ਨੇ ਉਹਦੇ ਲਈ ਸਿਰਫ ਤੁਸੀਂ ਜਿਹੜਾ ਇੱਥੇ ਅਪਲਾਈ ਲਿੰਕ ਤੋਂ ਹੀ ਅਪਲਾਈ ਔਨਲਾਈਨ ਜਿਹੜਾ ਉਹ ਕਰਨਾ ਹੋਵੇਗਾ। ਸਾਰੇ ਲਿੰਕ ਜਿਹੜੇ ਨੇ ਮੈਂ ਤੁਹਾਨੂੰ ਆਲਰੇਡੀ ਦੇ ਦਿੱਤੇ ਨੇ ਡਿਸਕ੍ਰਿਪਸ਼ਨ ਦੇ ਵਿੱਚ, ਜਲਦੀ ਨਾਲ ਜਾ ਕੇ ਚੈੱਕ ਕਰਕੇ ਇਹਦੇ ਲਈ ਅਪਲਾਈ ਜਿਹੜਾ ਉਹ ਤੁਸੀਂ ਕਰ ਸਕਦੇ ਹੋ। ਅਤੇ ਇਹ ਜਿਹੜਾ ਨੋਟੀਫਿਕੇਸ਼ਨ ਹੈ ਇਹ ONGC ਦੇ ਵੱਲੋਂ ਜਾਰੀ ਕੀਤਾ ਗਿਆ ਹੈ ਜੀ, ਜਿਸਦੇ ਲਈ ਤੁਸੀਂ ਅਪਲਾਈ ਕਰਨਾ ਹੋਵੇਗਾ। ਇਹਦਾ ਲਿਸਟ ਵਿੱਚ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ 'ਚ ਮੈਂ ਦੇ ਦਿੱਤਾ ਹੈ ਜੀ, ਜਲਦੀ ਨਾਲ ਜਾ ਕੇ ਚੈੱਕ ਕਰਕੇ ਇਹਦੇ ਲਈ ਅਪਲਾਈ ਜਿਹੜਾ ਉਹ ਤੁਸੀਂ ਕਰ ਸਕਦੇ ਹੋ। ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਕਮੈਂਟ ਕਰਕੇ ਦੱਸ ਹੀ ਸਕਦੇ ਹੋ। ਮੈਂ ਤੁਹਾਡੇ ਲਈ ਹਰ ਵਾਰ ਦੀ ਤਰ੍ਹਾਂ ਲੇਟੈਸਟ ਰਿਕਰੂਟਮੈਂਟ ਅਪਡੇਟ ਜਿਹੜੇ ਨੇ ਉਹ ਲੈ ਕੇ ਆਉਂਦਾ ਹੀ ਰਹਾਂਗਾ। ਇਹ ਅੱਜ ਦਾ ਨੋਟੀਫਿਕੇਸ਼ਨ ਹੈ ਜਿਹੜਾ ਕਿ ਆਊਟ ਕੀਤਾ ਗਿਆ ਹੈ ਜੀ। ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ ਧੰਨਵਾਦ ਜੀ।